ਇਹ ਜੀ ਸਾਨੂੰ ਫਾਜ਼ਿਲਕਾ ਸਾਈਡ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗਊਆਂ ਦਾ ਭਰਿਆ ਹੋਇਆ ਟਰੱਕ ਜੇ ਕੇ ਨੰਬਰ ਜਿਹੜਾ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਕੱਟਣ ਵੱਢਣ ਦੇ ਮਕਸਦ ਦੇ ਨਾਲ ਜਾਣਾ ਇਹਨਾਂ ਤਸਕਰਾਂ ਵੱਲੋਂ ਕੀ ਕੀਤਾ ਗਿਆ ਬਹੁਤ ਚਿੰਤਾ ਦਾ ਵਿਸ਼ਾ ਜੀ ਉਹਨਾਂ ਨੇ ਕਿੰਨੂਆਂ ਦੇ ਕਰੇਟ ਲੈ ਕੇ ਇੱਕ ਅਲੱਗ ਪੋਰਸ਼ਨ ਬਣਾ ਕੇ ਉੱਪਰ ਕਿੰਨੂਆਂ ਦੇ ਕਰੇਟ ਵੀ ਆਉਂਦੇ ਜਾਂਦਿਆਂ ਨੂੰ ਕਿੰਨੂਆਂ ਦੇ ਕਰੇਟ ਦੇ ਸਨ ਜੀ ਪਿੱਛੇ ਕਿੰਨੂਆਂ ਦੇ ਕਰੇਟ ਲਾਏ ਹੋਏ ਸੀ ਟਰੱਕ ਮੈਂ ਤੁਹਾਨੂੰ ਦਿਖਾਉਣਾ ਵਿਸਥਾਰ ਨਾਲ ਜਾ ਕੇ ਔਰ ਵਿੱਚ ਬੰਨ ਨੂੜ ਕੇ ਗਊਆਂ ਦੇ 12 ਗਊਆਂ ਨੂੰ ਬੇਰਹਿਮੀ ਦੇ ਨਾਲ ਬੰਨਿਆ ਨੂੜਿਆ ਹੋਇਆ ਸੀਗਾ ਅਤੇ ਰਾਤ ਤਕਰੀਬਨ ਅਸੀਂ ਫਿਰੋਜ਼ਪੁਰ ਪੁਲਿਸ ਦੀ ਮਦਦ ਦੇ ਨਾਲ ਸਾਡੇ ਨਾਲ ਬਾਬਾ ਜੀ ਕੋਟਕਪੂਰਾ ਤੋਂ ਅਤੇ ਬਠਿੰਡਾ ਤੋਂ ਸਾਡੀਆਂ ਕਈ ਟੀਮਾਂ ਨੇ ਇਹਨੂੰ ਮਿਲ ਕੇ ਪੁਲਿਸ ਦੇ ਸਹਿਯੋਗ ਨਾਲ ਫੜਿਆ ਜਿਸ ਦੇ ਵਿੱਚੋਂ ਗੋਪਾਲ ਗਊਸ਼ਾਲਾ ਦੇ ਵਿੱਚ ਅਸੀਂ ਅੱਜ ਪੁਲਿਸ ਦੀ ਮਦਦ ਦੇ ਨਾਲ ਗੱਡੀ ਲੈ ਕੇ ਆਏ ਹਾਂ ਜਿਹਦੇ ਵਿੱਚੋਂ 11 ਗਊ ਵੰਸ਼ਾਂ ਨੂੰ ਜਿੰਦਾ ਕੱਢਿਆ ਗਿਆ ਅਤੇ ਇੱਕ ਦੀ ਮੌਤ ਹੋ ਚੁੱਕੀ ਇਹ ਫਿਰ ਫਾਜ਼ਿਲਕਾ ਤੋਂ ਪਿੱਛੇ ਲੱਗੇ ਹੋਏ ਸੀ ਜਿਹਦੇ ਪਿੱਛਾ ਕਰ ਰਹੇ ਕਿਵੇਂ ਸੂਚਨਾ ਮਿਲੀ ਕਿ ਗਊਆਂ ਇਹਦੇ ਵਿੱਚ ਦੇਖੋ ਜੀ ਸਾਡੇ ਕੋਲ ਜਿਹੜੀ ਗੁਪਤ ਸੂਚਨਾ ਮਿਲ ਜਾਂਦੀ ਹੈ ਇਸ ਤਰ੍ਹਾਂ ਦੇ ਸਾਡੇ ਸੰਗਠਨ ਵੱਲੋਂ ਹਜ਼ਾਰਾਂ ਨਹੀਂ ਲੱਖਾਂ ਗੱਡੀਆਂ ਫੜੀਆਂ ਗਈਆਂ ਇੰਟਰਨੈਸ਼ਨਲ ਸੰਗਠਨ ਹੈ ਗਊ ਰਕਸ਼ਾ ਦਲ ਇਹ ਸਾਨੂੰ ਇਹਦੀ ਵੀ ਸਾਨੂੰ ਗੁਪਤ ਸੂਚਨਾ ਮਿਲੀ ਸੀ ਵੀ ਐਂ ਗਊਆਂ ਨੂੰ ਲੁਕੋ ਕੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕੱਟਣ ਵੱਢਣ ਵਾਸਤੇ ਲੈ ਕੇ ਜਾਂਦੇ ਉਸ ਆਧਾਰ 'ਤੇ ਅਸੀਂ ਇਹ ਪੁਲਿਸ ਦੇ ਸਹਿਯੋਗ ਨਾਲ ਕਰ ਰਹੇ ਇਹਨਾਂ ਦੇ ਨਾਲ ਕੋਈ ਹੋਰ ਵੀ ਬੰਦੇ ਹੈਗੇ ਸੀਗੇ ਜੀ ਜੀ ਬਿਲਕੁਲ ਇਹਨਾਂ ਦੇ ਨਾਲ ਇੱਕ I-20 ਗੱਡੀ ਸੀਗੀ ਜਿਹੜੀ ਕਿ ਇਹਨਾਂ ਨੂੰ ਪਾਇਲਟ ਕਰਦੀ ਸੀ ਉਹਦਾ ਕੰਮ ਕੀ ਹੁੰਦਾ ਜੀ ਵੀ ਉਹ 2 ਜਾਂ 3 ਕਿਲੋਮੀਟਰ ਅੱਗੇ ਚੱਲਦੀ ਹੈ ਵੀ ਕੋਈ ਨਾਕਾ ਤਾਂ ਨਹੀਂ ਲੱਗਿਆ ਨਾਕਾ ਲੱਗਿਆ ਤਾਂ ਉਹ ਪਿਛਲੀ ਗੱਡੀ ਨੂੰ ਜਿਹਦੇ ਵਿੱਚ ਗਊ ਹੈ ਉਹਨੂੰ ਫੋਨ ਮਾਰ ਕੇ ਕਹਿ ਦਿੰਦੇ ਆ ਵੀ ਤੂੰ ਰੁਕ ਜਾ ਅਤੇ ਜਿਹੜੀ I-20 ਗੱਡੀ ਸੀ ਉਹ ਨਹੀਂ ਸਾਨੂੰ ਉੱਥੇ ਆਈ ਜੀ ਉਹ ਇਸ ਰੂਟ ਨਹੀਂ ਆਈ ਜਾਂ ਤਾਂ ਉਹਨੂੰ ਪਤਾ ਲੱਗ ਗਿਆ ਉਹਨਾਂ ਨੂੰ ਨਿਕਲ ਗਈ ਡਰਾਈਵਰ ਨੂੰ ਪਤਾ ਸੀਗਾ ਵੀ ਮੈਂ ਕੀ ਲੈ ਕੇ ਜਾ ਰਿਹਾ ਤੇ ਇਹ ਪੈਸੇ ਲੈਂਦੇ ਬਿਲਕੁਲ ਬਿਲਕੁਲ ਡਰਾਈਵਰ ਨੂੰ ਤੇ ਕਨੈਕਟਰ ਨੂੰ ਬਿਲਕੁਲ ਪਤਾ ਸੀ ਇਹ ਦੋਨੇ ਮੁਸਲਮਾਨ ਜਾਤੀ ਨਾਲ ਸੰਬੰਧਿਤ ਹੈ ਲੋਕ ਜਿਹੜੇ ਇਹ ਗਊਆਂ ਦੀ ਤਸਕਰੀ ਕਰ ਰਹੇ ਸੀ ਕੱਢਣ ਵੱਟਣ ਦੇ ਮਕਸਦ ਦੇ ਨਾਲ ਜੀ ਅਤੇ ਇਹਨਾਂ ਵਾਸਤੇ ਕਿਉਂਕਿ ਅਸੀਂ ਸਾਡੇ ਸਨਾਤਨ ਧਰਮ ਦੇ ਅਨੁਸਾਰ ਅਸੀਂ ਗਊ ਮਾਤਾ ਨੂੰ ਮਾਤਾ ਦਾ ਦਰਜਾ ਦਿੰਦੇ ਹਾਂ ਇਹ ਸਾਡੀਆਂ ਭਾਵਨਾ ਨਾਲ ਵੀ ਖਿਲਵਾੜ ਕਰਦੇ ਆ ਅਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹੋ ਜਿਹੇ ਲੋਕਾਂ ਦੇ ਨੱਤ ਪਾਈ ਜਾਵੇ ਜੇਕਰ ਨਾ ਨੱਤ ਪਾਈ ਤਾਂ ਕਿਉਂਕਿ ਇਹ ਮੁਸਲਮਾਨ ਜਾਤੀ ਨਾਲ ਸੰਬੰਧਿਤ ਹੈ ਅਸੀਂ ਹਿੰਦੂ ਲੋਕ ਹੈ ਤਾਂ ਪੰਜਾਬ ਦੇ ਵਿੱਚ ਦੰਗੇ ਪ੍ਰਸਾਦ ਵੀ ਹੋ ਸਕਦੇ ਆ ਅਸੀਂ ਗੱਡੀਆਂ ਵੀ ਫੂਕਾਂਗੇ ਇਹਨਾਂ ਦੀਆਂ ਜੇ ਪੰਜਾਬ ਸਰਕਾਰ ਨੇ ਅਤੇ ਪ੍ਰਸ਼ਾਸਨ ਨੇ ਇਹੋ ਜਿਹੇ ਲੋਕਾਂ 'ਤੇ ਨੱਤ ਨਾ ਪਾਈ ਇਹ ਮਸਲਾ ਸਾਡੇ ਪ੍ਰਧਾਨ ਜੀ ਤੁਹਾਨੂੰ ਪਹਿਲਾਂ ਦੱਸ ਵੀ ਦਿੱਤਾ ਹੈ ਇਹ ਬਹੁਤ ਮੰਦਭਾਗੀ ਖਬਰ ਹੈ ਅਤੇ ਮੰਦਭਾਗਾ ਕੰਮ ਜਿਹੜਾ ਹੋ ਰਿਹਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗਊ ਤਸਕਰੀ ਹੋ ਰਹੀ ਹੈ ਪੰਜਾਬ 'ਚੋਂ ਹੋ ਰਹੀ ਹੈ ਸਭ ਤੋਂ ਜ਼ਿਆਦਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਉਹਦੇ ਇਲਾਕੇ 'ਚ ਹੋ ਰਹੀ ਹੈ ਅਸੀਂ ਹਰ ਸਮੇਂ ਹਰ ਘੜੀ ਹਰ ਪਲ ਜਦੋਂ ਅਸੀਂ ਗੱਡੀ ਫੜਦੇ ਹਾਂ ਇੱਕ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਪ੍ਰਸ਼ਾਸਨ ਦੇ ਵਿੱਚ ਬਹੁਤ ਘਾਟ ਹੈ ਅਸੀਂ ਜਦੋਂ ਗੱਡੀ ਲੈ ਕੇ ਫੜਾਉਂਦੇ ਹਾਂ ਜਾਂ ਜਾ ਕੇ ਦੱਸਦੇ ਹਾਂ ਸਾਨੂੰ ਇੱਕ ਇੱਕ ਰਾਤ ਇੱਕ ਇੱਕ ਦਿਨ ਖੱਜਲ ਹੋਣਾ ਪੈਂਦਾ ਹੈ ਅਤੇ ਇਹਦੇ ਵਿੱਚ ਮਜਬੂਰੀ ਥਾਣਿਆਂ ਦੀ ਵੀ ਹੈ ਨਫਰੀ ਪੂਰੀ ਨਹੀਂ ਹੈ ਮੁਲਾਜ਼ਮ ਪੂਰੇ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਵੀ ਇੱਧਰ ਥੋੜ੍ਹਾ ਜਿਹਾ ਧਿਆਨ ਕੀਤਾ ਜਾਵੇ ਜਿਹੜੀਆਂ ਹੋਰ ਗੱਲਾਂ ਦੇ ਵਿੱਚ ਜਿਵੇਂ ਗਊ ਟੈਕਸ ਸਾਨੂੰ ਪੈਂਦਾ ਹੈ ਜਿਹੜੇ ਸਾਡੇ ਚੇਅਰਮੈਨ ਹੈ ਪੰਜਾਬ ਦੇ ਲਾਏ ਉਹ ਇੱਕ ਡੰਮੀ ਇਨਸਾਨ ਲਾਇਆ ਹੋਇਆ ਉਹਨੇ ਕਦੇ ਵੀ ਕਿਸੇ ਗਊਸ਼ਾਲਾ ਦੇ ਵਿੱਚ ਵਿਜਿਟ ਨਹੀਂ ਕੀਤਾ ਕਦੇ ਵੀ ਕਿਸੇ ਗਊਸ਼ਾਲਾ 'ਤੇ ਜਾ ਕੇ ਦੁੱਖ ਨਹੀਂ ਸੁਣਿਆ ਕਦੇ ਕਿਸੇ ਨੂੰ ਕੋਈ ਮਦਦ ਨਹੀਂ ਦਿੱਤੀ ਪਿੱਛੇ ਹੁਣ ਪਾਣੀ ਦੀ ਬਾੜ ਆਈ ਸੀਗੀ ਤੁਹਾਡੇ ਇਲਾਕੇ 'ਚ ਤਾਂ ਜ਼ਿਆਦਾ ਸੀਗੀ ਕਿਸੇ ਵੀ ਗਊਸ਼ਾਲਾ ਦੇ ਵਿੱਚ ਉਹਨਾਂ ਨੇ ਆ ਕੇ ਕੋਈ ਤੂੜੀ ਵਾਸਤੇ ਜਾਂ ਕੁਛ ਨਹੀਂ ਸਾਡੀ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਹੈ ਵੀ ਜਿਹੜੀਆਂ ਪਾਣੀ ਦੀ ਬਾੜ ਵਿੱਚ ਆਈਆਂ ਗਊਸ਼ਾਲਾਵਾਂ ਹੈ ਉਹਨਾਂ ਨੂੰ ਘੱਟੋ ਘੱਟ 20-20 ਲੱਖ ਰੁਪਏ ਦੇ ਗੇੜ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਉਹਦੇ ਵਿੱਚ ਜਿਹੜੀਆਂ ਅਸੀਂ ਗਊਆਂ ਹੋਰ ਛੱਡ ਸਕੀਏ ਅਤੇ ਉਹ ਗਊਆਂ ਦੀ ਸੇਵਾ ਕਰ ਸਕਣ ਪੁਲਿਸ ਕਾਰਵਾਈ ਕਰਵਾ ਰਹੇ ਹੋ ਜੀ ਹਾਂਜੀ ਪੁਲਿਸ ਕਾਰਵਾਈ ਕਰਵਾ ਰਹੇ ਹਾਂ ਜੀ ਅਤੇ ਹੁਣ ਥੋੜ੍ਹੇ ਟਾਈਮ ਤੱਕ ਇਹਦਾ ਜਿਹੜਾ ਪਰਚਾ ਕੱਟ ਹੋ ਜਾਣਾ ਜਿਹੜਾ ਪਰਚਾ ਉਹਨਾਂ ਨੇ ਜੋ ਸਾਡੇ ਬਿਆਨ ਵਗੈਰਾ ਉਹ ਲੈ ਲਏ ਹੈ ਅਤੇ ਉਸ ਤੋਂ ਬਾਅਦ ਸਾਨੂੰ ਜਿਹੜੀ FIR ਦੀ ਨਕਲ ਦੇਣਗੇ ਅਤੇ ਉਹ ਵੀ ਅਸੀਂ ਆਪ ਜੀ ਨੂੰ ਪਹੁੰਚਦੀ ਕਰਾਂਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਾਸ ਮਹੰਤ ਗਰੀਬ ਦਾਸ ਕੋਟਕਪੂਰਾ ਆਪਣਾ ਘਰ ਵਿਰਧ ਆਸ਼ਰਮ ਮੈਂ ਚਲਾ ਰਿਹਾ ਉੱਥੋਂ ਦਾ ਮੈਂ ਸੰਚਾਲਕ ਹੈ ਗਊ ਰਕਸ਼ਾ ਦਲ ਦੇ ਵਿੱਚ ਮੈਂ ਪੰਜਾਬ ਦਾ ਜਨਰਲ ਸੈਕਟਰੀ ਹੈ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅੱਗੇ ਵੀ ਅਸੀਂ ਕਾਫੀ ਪਰਚੇ ਕਰਾਏ ਹੈ ਕਾਫੀ ਸਾਨੂੰ ਥ੍ਰੈਟ ਵੀ ਆ ਰਹੀ ਹੈ ਵੀ ਅਸੀਂ ਤੁਹਾਨੂੰ ਮਾਰ ਦਿਆਂਗੇ ਜੀ ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗੇ ਇਹੋ ਜਿਹੀਆਂ ਮੁਸ਼ਕਲਾਂ ਵੀ ਸਾਨੂੰ ਬਹੁਤ ਹੈ ਇਹ ਵੀ ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਗਊ ਰਕਸ਼ਾ ਦਲ ਹੈ ਉਹਨਾਂ ਨੂੰ ਸਿਕਿਉਰਿਟੀ ਕਿਸੇ ਨਾ ਕਿਸੇ ਹਿਸਾਬ ਨਾਲ ਮੁਹੱਈਆ ਕਰਾਈ ਜਾਵੇ ਉਹਨਾਂ ਦੀ ਜਾਨ ਮਾਨ ਦੀ ਰਾਖੀ ਵੀ ਪੰਜਾਬ ਸਰਕਾਰ ਦਾ ਹੱਕ ਬਣਦਾ ਕਰਨਾ